ਜਿੰਨੇ ਵੀ ਸਟੱਡੀ ਬੇਸਡ ਸਟੂਡੈਂਟ ਜਾਂਦੇ ਨੇ ਬਾਹਰ, ਉਹ ਮੋਸਟਲੀ ਕੀ ਹੈ ਕਿ ਉਹਨਾਂ ਨੂੰ ਜਾ ਕੇ ਲੇਬਰ ਕਰਨੀ ਪੈਂਦੀ ਹੈ। ਅੱਛਾ। ਕਿਉਂਕਿ ਕਾਲਜ ਦਾ ਕੁਛ ਕ੍ਰਾਈਟੇਰੀਆ ਹੁੰਦਾ ਜਿਹਦੇ ਵਿੱਚ ਉਹਨਾਂ ਨੂੰ ਕੁਛ ਘੰਟੇ ਹੀ ਜੋਬ ਲਈ ਮਿਲਦੇ ਆ, ਬਟ ਬੀਇੰਗ ਅ ਡੀਜੇ ਉਹ ਅੱਛਾ ਮਤਲਬ ਅਰਨ ਕਰ ਸਕਦੇ ਆ। ਉਹਦਾ ਕਾਰਨ ਕੀ ਹੈ ਕਿ ਜੇ ਤੁਹਾਨੂੰ ਕੋਈ ਈਵੈਂਟ ਮਿਲਦਾ, ਵੈਡਿੰਗ ਈਵੈਂਟ ਮਿਲਦਾ, ਤਾਂ ਤੁਹਾਨੂੰ ਇੱਕ ਜਾਂ ਡੇਢ ਦੋ ਘੰਟੇ ਦੇ ਤੁਹਾਨੂੰ $300 to $400 ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਤੁਹਾਡਾ ਈਵੈਂਟ ਜਿਹੜਾ ਹੈਗਾ, ਉਹਦੇ ਹਿਸਾਬ ਨਾਲ ਤੁਸੀਂ ਚਾਰਜ ਕਰ ਸਕਦੇ ਹੋ। ਤੁਹਾਡਾ ਵੀ ਡੀਜੇ ਦੇ ਵਿੱਚ ਇੰਟਰਸਟ ਹੈ? ਹਾਂਜੀ। ਕਦੋਂ ਤੋਂ ਤੁਸੀਂ ਸਿੱਖ ਰਹੇ ਹੋ? ਮੈਨੂੰ ਹਲੇ ਆਈ ਥਿੰਕ 1 year ਹੋ ਗਿਆ। ਓਕੇ। ਹਾਂਜੀ। ਤੇ ਅੱਗੇ ਫਿਊਚਰ ਪਲਾਨਸ ਕੀ ਨੇ? ਮੇਰੇ ਮੋਸਟਲੀ ਮੈਂ ਡਾਕਟਰ ਤੇ ਵੀ ਆ। ਓਕੇ। ਮੈਂ ਡਾਕਟਰ ਮੈਡੀਕਲ ਲਿਤੀ ਹੋਈ ਆ ਤੇ ਮੇਰਾ ਐਜ਼ ਅ ਡੀਜੇ ਤੇ ਵੀ ਰਹੇਗਾ। ਓਕੇ। ਹਾਂਜੀ। ਤੇ ਜਿਵੇਂ ਕਿ ਸਰ ਨੇ ਦੱਸਿਆ ਕਿ ਇੱਥੇ ਬਾਹਰ ਸੈਟਲ ਹੋਣ ਲਈ ਵੀ ਸਕਿੱਲ ਜੋਬ ਸਿਖਾਈ ਜਾਂਦੀ ਹੈ, ਸਕਿੱਲ ਡਿਵੈਲਪਮੈਂਟ ਲਈ ਇੱਥੇ ਵਰਕ ਹੁੰਦਾ ਹੈ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇੱਕ ਨਾਈਸ ਜੋਬ ਹੈ ਡੀਜੇਇੰਗ ਵਾਸਤੇ ਕਿ ਤੁਹਾਡੇ ਪਾਰਟ ਟਾਈਮ ਨਾਲੇ ਅੱਛੀ ਅਰਨਿੰਗ ਹੋ ਜਾਂਦੀ ਹੈ। ਟੈਕਨੋ ਨਾਈਟ ਚੱਲਦੀਆਂ ਤਾਂ ਕਈ ਬੱਚੇ ਸਿਰਫ ਟੈਕਨੋ ਮਿਊਜ਼ਿਕ ਹੀ ਪਸੰਦ ਕਰਦੇ ਆ, ਤਾਂ ਪੂਰਾ ਪ੍ਰੋਪਰ ਅਸੀਂ ਇਕੱਲੇ ਬੱਚੇ ਨੂੰ ਇਕੱਲੇ ਇਕੱਲੇ ਨੂੰ ਟਾਈਮ ਦੇਈਦਾ। ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਤੇ ਮੈਂ ਹਾਂ ਜਤਿਨ ਸੋਪਤੀ। ਬਾਹਰ ਜਾਣ ਦਾ ਪਲਾਨ ਹੈ, ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ, ਪਰ ਬਾਹਰ ਜਾ ਕੇ ਕਰੋਗੇ ਕੀ? ਲੇਬਰ ਵਰਕ। ਇਸ ਤੋਂ ਵਧੀਆ ਤਾਂ ਇਹੀ ਹੈ ਕਿ ਇੰਡੀਆ ਚੋਂ ਇੱਕ ਇੱਦਾਂ ਦੀ ਸਕਿੱਲ ਲੈ ਕੇ ਜਾਓ ਜੋ ਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ। ਜੀ ਹਾਂ ਦੋਸਤੋ, ਅੱਜ ਮੈਂ ਤੁਹਾਨੂੰ ਇੱਕ ਇੱਦਾਂ ਦੇ ਇੰਸਟੀਟਿਊਟ ਲੈ ਕੇ ਆਇਆ ਜਿੱਥੇ ਤੁਹਾਨੂੰ ਉਹੀ ਟ੍ਰੈਂਡਿੰਗ ਸਕਿੱਲ ਸਿਖਾਈ ਜਾਂਦੀ ਹੈ ਸਿਰਫ ਔਰ ਸਿਰਫ 1.5 ਮਹੀਨੇ ਦੇ ਵਿੱਚ। ਪਹਿਲਾਂ ਤਾਂ ਦੱਸੋ ਤੁਹਾਡਾ ਨਾਮ ਕੀ ਹੈ ਸਰ? ਰਜੇਸ਼ ਕੁਮਾਰ। ਤੇ ਤੁਹਾਡੇ ਇਸ ਇੰਸਟੀਟਿਊਟ ਦਾ ਨਾਮ ਕੀ ਹੈ? ਡੀਜੇ ਰਿੰਗਸ ਇੰਸਟੀਟਿਊਟ। ਓਕੇ। ਤੇ ਸਰ ਤੁਸੀਂ ਕੀ ਬੱਚਿਆਂ ਨੂੰ ਸਿਖਾਉਂਦੇ ਹੋ? ਅਸੀਂ ਬੱਚਿਆਂ ਨੂੰ ਡੀਜੇ ਦੀ ਟ੍ਰੇਨਿੰਗ ਦਿੰਦੇ ਹਾਂ। ਓਕੇ। ਤੇ ਵੈਸੇ ਕਦੀ ਨਹੀਂ ਸੁਣਿਆ ਕਿ ਬੱਚਿਆਂ ਨੂੰ ਇੱਥੋਂ ਦੀ ਇਸ ਵਰਕ ਦੇ ਵਿੱਚ ਵੀ ਇੱਕ ਸਕਿੱਲ ਮਿਲ ਸਕਦੀ ਜੋ ਕਿ ਉਹ ਬਾਹਰ ਸੈਟਲ ਹੋਣ ਦਾ ਜੇ ਸੋਚ ਰਹੇ ਹੈ ਤਾਂ ਉੱਥੇ ਨੂੰ ਐਪਲੀਕੇਬਲ ਕਰ ਸਕਦੇ ਹੈ? ਇਹ ਤਾਂ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੈ। ਨਹੀਂ ਬਿਲਕੁਲ, ਪਹਿਲਾਂ ਵੀ ਕਾਫੀ ਬੱਚੇ ਮੇਰੇ ਕੋਲ ਆਏ ਆ ਅਬਰੋਡ ਤੋਂ ਹੀ ਡੀਜੇ ਸਿੱਖਣ ਦੇ ਲਈ, ਕਿਉਂਕਿ ਜਿੰਨੇ ਵੀ ਸਟੱਡੀ ਬੇਸਡ ਸਟੂਡੈਂਟ ਜਾਂਦੇ ਨੇ ਬਾਹਰ, ਉਹ ਮੋਸਟਲੀ ਕੀ ਹੈ ਕਿ ਉਹਨਾਂ ਨੂੰ ਜਾ ਕੇ ਲੇਬਰ ਕਰਨੀ ਪੈਂਦੀ ਹੈ। ਅੱਛਾ। ਕਿਉਂਕਿ ਕਾਲਜ ਦਾ ਕੁਝ ਕ੍ਰਾਈਟੇਰੀਆ ਹੁੰਦਾ ਜਿਹਦੇ ਵਿੱਚ ਉਹਨਾਂ ਨੂੰ ਕੁਝ ਘੰਟੇ ਹੀ ਜੋਬ ਲਈ ਮਿਲਦੇ ਆ, ਬਟ ਬੀਇੰਗ ਅ ਡੀਜੇ ਉਹ ਅੱਛਾ ਮਤਲਬ ਅਰਨ ਕਰ ਸਕਦੇ ਆ। ਉਹਦਾ ਕਾਰਨ ਕੀ ਹੈ ਕਿ ਜੇ ਤੁਹਾਨੂੰ ਕੋਈ ਈਵੈਂਟ ਮਿਲਦਾ, ਵੈਡਿੰਗ ਈਵੈਂਟ ਮਿਲਦਾ, ਤਾਂ ਤੁਹਾਨੂੰ ਇੱਕ ਜਾਂ ਡੇਢ ਦੋ ਘੰਟੇ ਦੇ ਤੁਹਾਨੂੰ $300 to $400 ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਤੁਹਾਡਾ ਈਵੈਂਟ ਜਿਹੜਾ ਹੈਗਾ, ਉਹਦੇ ਹਿਸਾਬ ਨਾਲ ਤੁਸੀਂ ਚਾਰਜ ਕਰ ਸਕਦੇ ਹੋ ਮਿਨੀਮਮ। ਮਿਨੀਮਮ। ਓਕੇ। ਹਾਂ। ਔਰ ਦੂਸਰਾ ਕਿ ਤੁਸੀਂ ਲੇਬਰ ਜਿਹੜੀ ਕਰਨੀ ਹੈ ਉਹ ਤੁਹਾਨੂੰ ਆਵਰ ਦੇ ਹਿਸਾਬ ਨਾਲ, ਜਿੱਦਾਂ $10, $12, $15 ਤੁਹਾਨੂੰ ਘੰਟੇ ਦੇ ਮਿਲਣੇ ਆ, ਤੇ ਤੁਸੀਂ ਉਹ ਫੁੱਲ ਡੇ ਕਰਨਾ, ਇੱਥੇ ਤੁਸੀਂ ਸਿਰਫ ਇੱਕ ਦੋ ਘੰਟੇ ਦੇ ਵਿੱਚ ਤੁਸੀਂ ਉਨੇ ਪੈਸੇ ਕਮਾ ਲੈਂਦੇ ਹੋ ਜਿੰਨੇ ਤੁਸੀਂ ਪੂਰੇ 2-3 ਦਿਨਾਂ ਦੇ ਵਿੱਚ ਇਕੱਠੇ ਕਰਕੇ ਕਮਾਓਗੇ। ਤੇ ਜੇ ਦੇਖਿਆ ਜਾਵੇ ਤਾਂ ਬੱਚੇ ਨੂੰ ਫਿਰ ਸਾਰਾ ਜੇ ਬਾਹਰ ਸੈਟਲ ਹੁੰਦਾ ਤਾਂ ਹਰ ਰੋਜ਼ ਉਹਨੂੰ ਇਹ ਕਰਨਾ ਪਊਗਾ ਜਾਂ ਵੀਕਐਂਡ ਲਈ ਹੋਊਗਾ ਸਾਰਾ? ਮੋਸਟਲੀ ਕੀ ਹੁੰਦਾ ਕਿ ਆਪਣੇ ਜਿੱਦਾਂ ਹੁਣ ਵੀਕਐਂਡ ਦਾ ਟ੍ਰੈਂਡ ਚੱਲ ਪਿਆ, ਉਦਾਂ ਹੀ ਉੱਥੇ ਆਲਰੇਡੀ ਪਹਿਲਾਂ ਤੋਂ ਹੀ ਚੱਲਦਾ ਵੀਕਐਂਡ ਟ੍ਰੈਂਡ, ਫਰਾਈਡੇ ਸੈਟਰਡੇ ਸੰਡੇ ਜਿੱਦਾਂ 3 ਦਿਨ ਆਪਾਂ ਕਹਿੰਦੇ ਹੁੰਦੇ ਆ ਕਿ ਲੋਕ ਇੰਜੋਏ ਕਰਦੇ ਆ, ਤਾਂ ਮੋਸਟਲੀ ਕੀ ਆਪਣੀ ਜਿਹੜੇ ਵੈਡਿੰਗਸ ਵੀ ਹੁੰਦੀਆਂ ਸਾਰੀਆਂ ਵੀਕਐਂਡ ਦੇ ਉੱਤੇ ਵੀ ਹੁੰਦੀਆਂ, ਤੇ ਸੇਮ ਉੱਥੇ ਪਾਰਟੀਜ਼ ਵੀ ਵੀਕਐਂਡ ਤੇ ਹੀ ਹੁੰਦੀਆਂ। ਤੇ ਜੇ ਤੁਹਾਨੂੰ ਵੀਕਐਂਡ ਦੇ ਵਿੱਚ ਹੀ ਤੁਹਾਨੂੰ ਪੂਰੇ ਹਫਤੇ ਦੇ ਪੈਸੇ ਮਿਲ ਜਾਣ ਤਾਂ ਤੁਸੀਂ ਹਫਤਾ ਕੰਮ ਕਿਉਂ ਕਰੋਗੇ? ਬਿਲਕੁਲ ਯਾਰ, ਇਹ ਤਾਂ ਫਨ ਵਰਕ ਵੀ ਹੋ ਗਿਆ, ਪਾਰਟਿੰਗ ਤੇ ਕਲੱਬਿੰਗ ਦਾ ਜਿਹਨਾਂ ਨੂੰ ਮਜ਼ਾ ਹੈ, ਪਹਿਲੇ ਤੇ ਸ਼ੌਂਕ ਹੈ ਉਹਨਾਂ ਲਈ ਤਾਂ ਇੱਕ ਫਨ ਵਰਕ ਹੋ ਗਿਆ ਹੈ। ਬਿਲਕੁਲ ਬਿਲਕੁਲ, ਕਿਉਂਕਿ ਤੁਸੀਂ ਅੱਛਾ ਕਮਾ ਵੀ ਸਕਦੇ ਹੋ, ਇੱਕ ਤੁਹਾਡੀ ਆਊਟਿੰਗ ਵੀ ਹੋਗੀ। ਬਿਲਕੁਲ। ਤੇ ਤੁਸੀਂ ਕਰੋ ਤੋਂ ਮਤਲਬ ਇਹ ਸ਼ੁਰੂ ਕੀਤਾ? ਮੈਂ ਡੀਜਿੰਗ ਤਾਂ 1997 ਤੋਂ ਕਰ ਰਿਹਾ। ਓਕੇ। ਤੇ 2006 ਤੋਂ ਮੈਂ ਐਜ਼ ਏ ਨਾਲ ਟੀਚਰ ਦਾ ਕੰਮ ਕਰ ਰਿਹਾ। ਤੇ ਇਹ ਉਦੋਂ ਤੋਂ ਟ੍ਰੈਂਡਿੰਗ ਹੈ ਜਾਂ ਹੁਣੇ ਟ੍ਰੈਂਡ ਇਨਾ ਵਧਿਆ? ਟ੍ਰੈਂਡਿੰਗ ਤਾਂ ਉਦੋਂ ਤੋਂ ਹੀ ਹੈ, ਕਾਫੀ ਸਟੂਡੈਂਟਸ ਆ ਮੇਰੇ ਕੋਲ, ਕਾਫੀ ਲਿਸਟਿੰਗ ਹੈ ਸਟੂਡੈਂਟਸ ਦੀ ਜਿਹੜੇ ਕੰਮ ਕਰ ਰਹੇ ਆ, ਔਰ ਕੁਝ ਅੱਛੇ ਬਿਜ਼ਨਸਮੈਨ ਵੀ ਬਣ ਗਏ ਆ ਮੁੰਡੇ। ਅੱਛਾ। ਜਿੱਦਾਂ ਜਲੰਧਰ ਦਾ ਡੀਜੇ ਹਾਰਡ ਰੋਕਰਸ ਆ। ਓਕੇ। ਇੱਕ ਡੀਜੇ ਰਿਚੀ ਹੈ, ਉਹ ਬੈਸਟ ਪਰਫਾਰਮਰ ਆ ਪੰਜਾਬੀ ਦੇ ਵਿੱਚ, ਸੰਸਾਰ ਡੀਜੇ ਲਿੰਗਸ ਫਗਵਾੜਾ, ਡੀਜੇ ਸ਼ਾਇਨ ਫਿਰੋਜ਼ਪੁਰ,
ਗੰਗਾ ਡੀਜੇ ਅਬੋਹਰ, ਇੱਦਾਂ ਦੇ ਕਾਫੀ ਡੀਜੇ ਨੇ ਜਿਹੜੇ ਤੋਂ ਸਿੱਖੇ ਨੇ, ਜਿਹੜੇ ਸਿੱਖੇ ਨੇ ਔਰ ਇੱਕ ਅੱਛੇ ਬਿਜ਼ਨਸ ਦੇ ਅੰਪਾਇਰ ਇਹਨਾਂ ਨੇ ਸੈੱਟ ਕੀਤੇ ਹੋਏ ਆਪਣੇ। ਕੁਛ ਸਟੂਡੈਂਟ ਨੇ ਜਿੱਦਾਂ ਇਟਲੀ ਦੇ ਵਿੱਚ ਸਿਰਫ ਆਪਣੇ ਹੀ ਪੰਜਾਬੀ ਤਿੰਨ ਸਟੂਡੈਂਟ ਨੇ ਔਰ ਤਿੰਨੇ ਹੀ ਮੁੰਡੇ ਆਪਣੇ ਇੰਸਟੀਟਿਊਟ ਤੋਂ ਗਏ ਹੋਏ ਆ ਜਿਹੜੇ ਇਟਲੀ ਦੇ ਵਿੱਚ ਕੰਮ ਕਰਦੇ ਆ। ਕੈਨੇਡਾ ਦੇ ਵਿੱਚ ਮੁੰਡੇ ਕੰਮ ਕਰਦੇ ਆ ਜਿਹੜੇ ਨਾਲ ਨਾਲ ਆਪਣਾ ਸਟੱਡੀ ਕਰਦੇ ਆ, ਨਾਲ ਨਾਲ ਉਹਨਾਂ ਨੂੰ ਵੀਕਐਂਡ ਦੇ ਉੱਤੇ ਇਹ ਆਪਣਾ ਇਹ ਕੰਮ ਕਰਦੇ ਆ। ਕਈ ਮੁੰਡੇ ਮਿਊਜ਼ਿਕ ਪ੍ਰੋਡਿਊਸਰ ਵੀ ਆ, ਅਮੈਰੀਕਾ ਦੇ ਵਿੱਚ ਇੱਕ ਸਾਡਾ ਸਟੂਡੈਂਟ ਆ ਫਤਿਹ, ਉਹ ਰੈਪ ਵੀ ਕਰਦਾ ਨਾਲ, ਉਹ ਡੀਜੇ ਵੀ ਆ, ਹਿਪ ਹੌਪ ਦਾ ਬਹੁਤ ਵੱਡਾ ਫ੍ਰੀਕ ਹੈਗਾ ਉਹ। ਓਕੇ ਹਾਂ, ਤੇ ਉਹ ਵੀ ਅਮੈਰੀਕਾ ਤੋਂ ਆ ਕੇ ਇੱਥੇ, ਮਤਲਬ ਉਹਨੇ ਜਿੰਨੇ ਦਿਨ ਉਹ ਆਇਆ ਸੀਗਾ ਤਾਂ ਉਹਨੇ 1.5-2 ਮਹੀਨੇ ਦੀਆਂ ਕਲਾਸਿਸ ਲਿੱਤੀਆਂ ਡੀਜਿੰਗ ਦੀਆਂ ਵੀ ਨਾਲ। ਓਕੇ ਹਾਂਜੀ, ਪੰਜਾਬ ਵੀ ਹੈਵ ਦ ਓਜੀ ਡੀਜੇ ਪਲੇਅਰ ਵਿਦ ਅਸ ਰਾਈਟ ਨਾਓ, ਓਜੀ ਓਰੀਜਨਲ, ਕੈਨ ਯੂ ਬਿਲੀਵ? ਤਾਂ ਤੁਸੀਂ ਵੇਟ ਕਿਸ ਚੀਜ਼ ਦੀ ਕਰ ਰਹੇ ਹੋ? ਜਲਦੀ ਆ, ਇਹ ਸਕਿੱਲ ਲਵੋ, ਤੇ ਜੇ ਫੋਰਨ ਸੈਟਲ ਹੋਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਆਪਣਾ ਕੰਮ ਕਰਵਾਓ। ਨਾਲ ਇੱਕ ਹੋਰ ਚੀਜ਼ ਸਰ, ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਕੁ ਸਟੂਡੈਂਟ ਤੁਹਾਡੇ ਕੋਲ ਆ ਰਹੇ ਨੇ ਫਿਲਹਾਲ? ਫਿਲਹਾਲ ਸਾਡੀ ਜਿਹੜੀ ਕਲਾਸ ਹੁੰਦੀ ਹੈ ਇੱਕ ਇੱਕ ਮਤਲਬ ਪਰ ਸਟੂਡੈਂਟ ਦੇ ਹਿਸਾਬ ਨਾਲ ਕਰਦੇ ਹਾਂ, ਮਤਲਬ 1 time 1 student ਕਰਾਉਂਦੇ ਹਾਂ ਅਸੀਂ, ਕਿਉਂਕਿ ਅਸੀਂ ਪੂਰਾ ਟਾਈਮ ਦਿੰਦੇ ਹਾਂ ਉਹਨੂੰ ਔਰ ਮੈਂ ਖੁਦ ਉਹਨੂੰ ਆਪਣੀ ਨਿਗਾਹ ਦੇ ਵਿੱਚ ਰੱਖਦਾ ਸਟੂਡੈਂਟ ਨੂੰ ਕਿ ਉਹ ਕਿੱਦਾਂ ਆਪਣੇ ਆਪ ਨੂੰ ਪਰਫਾਰਮ ਕਰ ਰਿਹਾ, ਕਿੱਦਾਂ ਉਹ ਪਲੇ ਕਰ ਰਿਹਾ, ਜੋਨਰ ਦੀ ਸਿਲੈਕਸ਼ਨ ਕਰਾਉਂਦਾ ਉਹਨੂੰ ਕਿ ਉਹਨੂੰ ਕਿਹੜਾ ਜੋਨਰ ਪਸੰਦ ਹੁੰਦਾ ਹੁੰਦਾ, ਉਹਨੂੰ ਕਿਹੜੇ ਜੋਨਰ ਚ ਕਰਨਾ। ਜਿੱਦਾਂ ਅੱਜ ਕੱਲ੍ਹ ਟੈਕਨੋ ਨਾਈਟ ਚੱਲਦੀਆਂ ਤਾਂ ਕਈ ਬੱਚੇ ਸਿਰਫ ਟੈਕਨੋ ਮਿਊਜ਼ਿਕ ਹੀ ਪਸੰਦ ਕਰਦੇ ਆ, ਤਾਂ ਪੂਰਾ ਪ੍ਰੋਪਰ ਅਸੀਂ ਇਕੱਲੇ ਬੱਚੇ ਨੂੰ ਇਕੱਲੇ ਇਕੱਲੇ ਨੂੰ ਟਾਈਮ ਦੇਈਦਾ। ਤੇ ਆਪਣੇ ਕੋਲ ਇਸ ਟਾਈਮ 5-7 ਸਟੂਡੈਂਟ ਦੀ ਜਿਹੜੀ ਐਵਰੇਜ ਹੁੰਦੀ ਹੈ ਪਰ ਡੇ ਦੀ ਹੁੰਦੀ ਹੈ, 7 ਘੰਟੇ ਦਾ ਹੀ ਕੰਮ ਹੁੰਦਾ। ਅਸੀਂ ਸਵੇਰੇ ਆਉਂਦੇ ਹਾਂ ਜੀ 10 ਵਜੇ, 10-11 ਵਜੇ ਨਾਲ, ਤੇ ਅਸੀਂ 5 ਵਜੇ ਨਾਲ ਆਪਣਾ ਵਾਈਂਡ ਅਪ ਕਰ ਦਿੰਦੇ ਹਾਂ। ਅਸੀਂ ਉਸ ਹਿਸਾਬ ਨਾਲ, ਸਾਡੇ ਕੋਲ 5-7 ਸਟੂਡੈਂਟ ਹੁੰਦੇ ਨੇ ਤੇ ਸਾਡੇ ਘੰਟੇ ਘੰਟੇ ਦੇ ਹਿਸਾਬ ਨਾਲ ਸਾਰੇ ਸਟੂਡੈਂਟ ਕਵਰ ਹੋ ਜਾਂਦੇ ਨੇ। ਤੇ ਸਰ ਫਰੈਸ਼ਰਸ ਹੀ ਆਉਂਦੇ ਨੇ ਜਿਨ੍ਹਾਂ ਨੂੰ ਪਹਿਲੇ ਨੌਲੇਜ ਹੁੰਦੀ ਹੈ? ਫਰੈਸ਼ਰਸ ਜਿੱਦਾਂ ਤੁਹਾਨੂੰ ਦੱਸਿਆ ਨਾ, ਸਾਡੇ ਕੋਲ 3 ਤਰ੍ਹਾਂ ਦੇ ਕੋਰਸ ਰੱਖੇ ਹੋਏ ਆ। ਇੱਕ ਤਾਂ ਸਿਰਫ ਅਸੀਂ ਬੱਚਿਆਂ ਲਈ ਰੱਖਿਆ ਹੋਇਆ ਕਿ ਜਿਨ੍ਹਾਂ ਨੇ ਸਿਰਫ ਸ਼ੌਂਕ ਪੂਰਾ ਕਰਨਾ, ਜਿੱਦਾਂ ਅਸੀਂ ਜਿਨ੍ਹਾਂ ਨੂੰ ਕ੍ਰੈਸ਼ ਕੋਰਸਿਸ ਤੁਸੀਂ ਕਹਿੰਦੇ ਹੋ। ਓਕੇ, ਕ੍ਰੈਸ਼ ਕੋਰਸਿਸ ਕੀ ਹੁੰਦਾ ਕਿ ਚਲੋ ਠੀਕ ਹੈ ਬੱਚੇ ਆਏ, ਡੀਜੇ ਕੀ ਹੈ ਤਾਂ ਉਹਨਾਂ ਨੂੰ ਥੋੜਾ ਉਨੀਆਂ ਕਿ ਟ੍ਰਿਕਸ ਦੱਸਦੇ ਆ। ਉਹ ਸਿਰਫ 25 ਦਿਨ ਦਾ ਕੋਰਸ ਹੁੰਦਾ ਵਾ, ਤੁਸੀਂ ਰੋਜ਼ 1 ਘੰਟਾ ਕਲਾਸ ਲੈ ਕੇ ਆ ਸਕਦੇ ਹੋ। ਸੈਟਰਡੇ ਔਰ ਸੰਡੇ ਸਾਡਾ ਆਫ ਹੁੰਦਾ ਵਾ, 5 ਡੇਜ਼ ਦਾ ਕਲਾਸ ਚੱਲਦਾ। ਬਟ ਇਹ ਕਿ ਜਿਹੜੇ ਸਪੈਸ਼ਲ ਸਟੂਡੈਂਟਸ ਹੁੰਦੇ ਨੇ ਅਸੀਂ ਉਹਨਾਂ ਨੂੰ ਸੈਟਰਡੇ ਔਰ ਸੰਡੇ ਨੂੰ ਵੀ ਕਲਾਸ ਦੇ ਦਿੰਦੇ ਹਾਂ। ਜਿੱਦਾਂ ਕਈ ਕੋਈ ਜਲੰਧਰ ਤੋਂ ਟਰੈਵਲ ਕਰਕੇ ਆ ਰਿਹਾ ਜਾਂ ਕੋਈ ਅੰਮ੍ਰਿਤਸਰ ਤੋਂ ਟਰੈਵਲ ਕਰ ਰਿਹਾ, ਕਹਿ ਰਿਹਾ ਸਰ ਮੈਂ ਬਿਜ਼ਨਸ ਕਰਦਾ ਜਾਂ ਮੈਂ ਕੰਮ ਕਰਦਾ ਆਲਰੇਡੀ ਆਪਣਾ, ਤਾਂ ਮੇਰੇ ਕੋਲ ਟਾਈਮ ਉਨਾ ਕੁ ਹੈ। ਦੂਸਰਾ ਕੋਰਸ ਹੁੰਦਾ ਜਿਹੜੇ ਆਲਰੇਡੀ ਡੀਜੇ ਹੁੰਦੇ ਨੇ, ਲੰਮੇ ਸਮੇਂ ਤੋਂ ਡੀਜੇ ਆ ਬਟ ਉਹਨਾਂ ਨੂੰ ਟੈਕਨੀਕਲੀ ਸਾਊਂਡ ਨਹੀਂ ਹੈਗੇ ਉਹ। ਓਕੇ, ਬਸ ਉਹ ਜਿੱਦਾਂ ਮੈਂ ਤੁਹਾਨੂੰ ਦੇਖਿਆ ਤੇ ਮੈਂ ਤੁਹਾਨੂੰ ਦੇਖ ਕੇ ਹੀ ਜੋ ਚੀਜ਼ ਤੁਸੀਂ ਕਰਦੇ ਹੋ ਉਹੀ ਮੈਂ ਕਰੀ ਜਾ ਰਿਹਾ। ਅੱਛਾ, ਤੇ ਉਸੇ ਤਰੀਕੇ ਨਾਲ ਹੀ ਕੰਮ ਕਰਦੇ। ਦੂਸਰਾ ਕੋਰਸ ਉਹਨਾਂ ਦੇ ਲਈ ਹੈਗਾ ਵਾ, ਉਹਨਾਂ ਦਾ ਵੀ 1.5-1.5 ਮਹੀਨਾ ਉਹਨਾਂ ਦਾ ਵੀ ਲੱਗ ਜਾਂਦਾ ਵਾ। ਤੇ ਤੀਸਰਾ ਕੋਰਸ ਜਿਹੜਾ ਹੁੰਦਾ ਬਿਲਕੁਲ ਫਰੈਸ਼ਰਸ ਦੇ ਲਈ, ਫਰੈਸ਼ਰਸ ਦੇ ਲਈ ਅਸੀਂ ਸਕ੍ਰੈਚ ਤੋਂ ਇੱਕ ਮਤਲਬ ਛੋਟੇ ਪੁਆਇੰਟ ਤੋਂ ਲੈ ਕੇ ਪ੍ਰੋਪਰ ਗਾਣੇ ਨੂੰ ਕਿੱਦਾਂ ਮਿਕਸ ਕਰਨਾ, ਸਟੇਜ ਦੇ ਉੱਤੇ ਤੁਸੀਂ ਆਪਣਾ ਸਕਿੱਲਡ ਨੂੰ ਕਿੱਦਾਂ ਦੱਸਣਾ ਲੋਕਾਂ ਨੂੰ, ਫਿਰ ਸੈਕੰਡਲੀ ਮੈਸ਼ਅਪਸ ਤੁਸੀਂ ਲਾਈਵ ਕਿੱਦਾਂ ਤਿਆਰ ਕਰਨੇ ਆਪਣੇ ਓਕੇ ਸਟੇਜ ਦੇ ਉੱਤੇ, ਉਹ ਸਾਰਾ ਬੈਕਅਪ ਟੂ ਬੈਕਅਪ ਜਿਹੜਾ ਸਾਡਾ ਨਾਲ ਦੀ ਨਾਲ ਚੱਲਦਾ ਰਹਿੰਦਾ। ਓਕੇ, ਉਹ ਇਸ ਤਰੀਕੇ ਨਾਲ ਜਿੱਦਾਂ ਬੱਚੇ ਫਰੈਸ਼ਰ ਜਿਹੜੇ ਹੁੰਦੇ ਨੇ ਉਹਨਾਂ ਦਾ ਥੋੜਾ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ, ਬਟ ਫਿਰ ਵੀ ਉਹ 15-20 ਦਿਨਾਂ ਦੇ ਵਿੱਚ 15-20 ਦਿਨਾਂ ਦੇ ਵਿੱਚ ਕਾਫੀ ਉੱਤੇ ਮਤਲਬ ਕਾਫੀ ਹੱਦ ਤੱਕ ਉਹ ਰੇਂਜ ਚ ਆ ਜਾਂਦੇ ਆ। ਤੇ ਉਸ ਤੋਂ ਬਾਅਦ ਕੀ ਜਿਹੜਾ ਬਾਕੀ ਅਸੀਂ ਡੇਜ ਦਿੰਦੇ ਹਾਂ ਉਹਨਾਂ ਨੂੰ, ਉਹਦੇ ਵਿੱਚ ਹੁੰਦਾ ਕਿ ਉਹ ਡੇਲੀ ਪ੍ਰੈਕਟਿਸ ਕਰਦੇ ਸਾਡੇ ਸਾਹਮਣੇ। ਓਕੇ, ਉਹ ਫਿਰ ਅਲੱਗ ਅਲੱਗ ਜੋਨਰ ਦੇ ਉੱਤੇ ਜਿੱਦਾਂ ਹਿਪ ਹੌਪ ਦੇ ਉੱਤੇ, ਇਸ ਚੀਜ਼ ਨੇ ਮੇਰੇ ਅੰਦਰ ਇਹ ਇੰਟਰਸਟ ਪੈਦਾ ਕੀਤਾ ਕਿ ਮੈਂ ਤੁਹਾਡੇ ਬੈਕਗ੍ਰਾਉਂਡ ਬਾਰੇ ਜਾਣਾਂ ਕਿ ਤੁਹਾਨੂੰ ਇਹ ਸ਼ੌਂਕ ਕਿੱਥੋਂ ਆਇਆ। ਬੈਕਗ੍ਰਾਉਂਡ ਅੱਦਾ ਕਿ ਮੇਰੇ ਫਾਦਰ ਜੀ ਰਮੇਸ਼, ਸ਼੍ਰੀ ਰਮੇਸ਼ ਲੁਧਿਆਣਵੀ ਜੀ, ਓਕੇ, ਉਹ ਫੋਕ ਸਿੰਗਰ ਨੇ, ਉਸਤਾਦ ਲਾਲ ਚੰਦ ਯਮਲਾ ਜੱਟ ਦਾ ਤੁਸੀਂ ਨਾਮ ਸੁਣਿਆ ਹੋਣਾ। ਹਾਂਜੀ, ਉਹਨਾਂ ਦੇ ਸ਼ਾਗਿਰਦ ਨੇ। ਓਕੇ, ਤੇ ਫੈਮਿਲੀ ਬੈਕਗ੍ਰਾਉਂਡ ਥੋੜੀ ਮਿਊਜ਼ੀਕਲ ਸੀ ਤਾਂ ਮੈਂ ਵੀ, ਸਾਰੇ ਰਿਨੋਨਡ ਆਰਟਿਸਟ ਇੱਕ ਹੀ ਫੈਮਿਲੀ ਦੇ ਵਿੱਚ ਨੇ, ਤੇ ਮੇਰਾ ਛੋਟਾ ਬ੍ਰਦਰ ਵੀ ਡੀਜੀ ਹੈ ਜੀ। ਓਕੇ, ਹਾਂਜੀ,
ਉਹ ਵੀ ਜਿੱਦਾਂ ਕਈ ਵਾਰ ਮੈਂ ਆਊਟ ਆਫ ਕੰਟਰੀ ਚਲੇ ਜਾਂਦਾ ਤਾਂ ਉਹ ਪਿੱਛੋਂ ਕਲਾਸਿਸ ਵੀ ਲਗਾਉਂਦਾ ਵਾ। ਓਕੇ, ਹਾਂਜੀ ਤਾਂ ਦੋਸਤੋ ਇਹ ਸੀਗੇ ਸਾਡੇ ਨਾਲ ਡੀਜੇ ਰਿੰਕਸ ਦੇ ਓਨਰ ਮਿਸਟਰ ਰਾਜੇਸ਼ ਕੁਮਾਰ। ਤਾਂ ਦੋਸਤੋ ਮੈਂ ਹਾਂ ਜਤਿਨ ਸੋਪਤੀ, ਕੈਮਰਾਮੈਨ ਵਿਪਿਨ ਅਰੋੜਾ ਦੇ ਨਾਲ, ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ।